ਸਾਡੇ ਨੌਕਰ ਹੋ ਇੱਥੋਂ ਦੇ ਤੁਸੀਂ ਇੱਥੋਂ ਦੇ ਮਾਲਕ ਨਹੀਂ ਗਏ ਵੀ ਤੁਸੀਂ ਇੱਥੋਂ ਦੇ ਵਸਿੰਦੇ ਹੋ ਅਸੀਂ ਇੱਥੇ ਸਰਕਾਰ ਦੀ ਨੌਕਰੀ ਕਰਨ ਆਇਆ ਕੋਈ ਕਿਸੇ ਦੀ ਇਹ ਨਹੀਂ ਚੱਲਣਾ ਹੈ ਪਧੌੜ ਦੇ ਮੁੱਖ ਬਾਜ਼ਾਰ ਵੱਡਾ ਚੌਂਕ ਸਥਿਤ ਇੱਕ ਦੁਕਾਨ ਜੋ ਪਿਛਲੇ ਲੰਬੇ ਸਮੇਂ ਤੋਂ ਰੇੜੀ ਚਾਲਕਾਂ ਪਾਸ ਸੀ ਤੇ ਬੀਤੀ ਦਿਨੀ ਨਗਰ ਕੌਂਸਲ ਨੇ ਚੁੱਪ ਚਪੀ ਤੇ ਦੁਕਾਨ ਦੀ ਬੋਲੀ ਕਰਵਾ ਕੇ ਕਿਸੇ ਨੂੰ ਦੁਕਾਨ ਦਾ ਕਬਜ਼ਾ ਦਵਾ ਦਿੱਤਾ ਜਿਸ ਦਾ ਪਤਾ ਲੱਗਦਿਆਂ ਹੀ ਰੇੜੀ ਚਾਲਕਾਂ ਨੇ ਐਮਸੀ ਜੀ ਨੂੰ ਨਾਲ ਲੈ ਕੇ ਨਗਰ ਕੌਂਸਲ ਪਧੌੜ ਮੂਰੇ ਧਰਨਾ ਦੇ ਦਿੱਤਾ ਤੇ ਹਲਕਾ ਵਿਧਾਇਕ ਪਰਮਲ ਸਿੰਘ ਧੌਲਾ ਵੀ ਮੌਕੇ ਤੇ ਪਹੁੰਚੇ ਈਓ ਅਤੇ ਪਧੌੜ ਦੇ ਐਮਸੀਆਂ ਦੀ ਆਪਸ ਵਿੱਚ ਕਾਫੀ ਤੂੰ ਤੂੰ ਮੈਂ ਵੀ ਹੋਈ ਅਤੇ ਰੇੜੀ ਚਾਲਕਾਂ ਦੀ ਪਿੱਠ ਤੇ ਆਏ ਕਿਸਾਨ ਜੁਨੇ ਨੇ ਆਖਿਆ ਕਿ ਜੇਕਰ ਨਗਰ ਕੌਂਸਲ ਕੱਲ੍ਹ ਤੱਕ ਜਿੰਦਾ ਨਹੀਂ ਖੋਲਦੀ ਤਾਂ ਉਹਨਾਂ ਵੱਲੋਂ ਇਹ ਜਿੰਦਾ ਭੰਨ ਦਿੱਤਾ ਜਾਵੇਗਾ ਐਕਚੁਅਲ ਕੀ ਹੈ ਨਾ ਇਹ ਇੱਕ ਦੁਕਾਨ ਸੀਗੀ ਵੱਡੇ ਚੌਂਕ ਦੇ ਵਿੱਚ ਜਿਹੜੀ ਰੇੜੀ ਵਾਲੇ ਉੱਥੇ ਪਿਛਲੇ 10-12 ਸਾਲਾਂ ਤੋਂ ਉਹਨੂੰ ਯੂਜ਼ ਕਰ ਰਹੇ ਸੀ ਬਟ ਸਰਕਾਰ ਦੀਆਂ ਹਦਾਇਤਾਂ 'ਤੇ ਅਸੀਂ ਉਹਨੂੰ ਖਾਲੀ ਕਰਵਾਇਆ ਬਕਾਇਦਾ ਪ੍ਰੋਸੈਸ ਦੇ ਤਾਬੇ ਮਤਾ ਪਾਇਆ ਗਿਆ ਮਤੇ ਤੋਂ ਬਾਅਦ ਅਖਬਾਰਾਂ 'ਚ ਐਡ ਦਿੱਤੀ ਗਈ ਉਸ ਤੋਂ ਬਾਅਦ ਇਹਨੂੰ ਕਿਰਾਏ 'ਤੇ ਚਾੜਿਆ ਗਿਆ ਅਤੇ ਕੁਛ ਸ਼ਰਾਰਤੀ ਅਨਸਰ ਜਿਨ੍ਹਾਂ ਵਿੱਚੋਂ ਕੁਛ ਐਮਸੀ ਨੇ ਸਾਬਕਾ ਐਮਸੀ ਨੇ ਜਿਹੜੇ ਉਹ ਇਹਨਾਂ ਨੂੰ ਹੱਲਾਸ਼ੇਰੀ ਦੇ ਕੇ ਭੜਕਾ ਕੇ ਇੱਥੇ ਧਰਨਾ ਲਾਇਆ ਇਹਨਾਂ ਨੇ ਅਤੇ ਬਿਲਕੁਲ ਗਲਤ ਕਰ ਰਹੇ ਨੇ ਦੇਖੋ ਸਾਡੀ ਪ੍ਰੋਪਰਟੀ ਸੀਗੀ ਅਸੀਂ ਛਡਵਾ ਲਈ ਅਤੇ ਉਹਨੂੰ ਕਿਰਾਏ 'ਤੇ ਦਿੱਤਾ ਮੈਂ ਕਿਸੇ ਨੂੰ ਕੋਈ ਗਲਤ ਨਹੀਂ ਬੋਲਿਆ ਜਿਹੋ ਜਿਹਾ ਦੇਖੋ ਕੋਈ ਬੋਲੂਗਾ ਉਹ ਜਿਹਾ ਬੁਲਾ ਲੂਗਾ ਅਸੀਂ ਇੱਥੇ ਸਰਕਾਰ ਦੀ ਨੌਕਰੀ ਕਰਨ ਆਇਆ ਕੋਈ ਕਿਸੇ ਦੀ ਈਨ ਨਹੀਂ ਚੱਲਣਾ ਹੈ ਜਿੰਦਾ ਭੰਨਣਾ ਉਹਨਾਂ ਦੀ ਇੱਛਾ ਅਸੀਂ ਆਪਦੇ ਵੱਲੋਂ ਜੋ ਕਾਨੂੰਨੀ ਕਾਰਵਾਈ ਆ ਉਹ ਕਰਵਾਵਾਂਗੇ ਦੇਖੋ ਇਹ ਜਿਹੜਾ ਮਸਲਾ ਹੈਗਾ ਇਹ ਵੱਡੇ ਚੌਂਕ ਦੇ ਵਿੱਚ ਪਧੌੜ ਦੇ ਵਿੱਚ ਇੱਕ ਛੋਟੀ ਜਿਹੀ ਦੁਕਾਨਦਾਰ ਦੇ ਵਿੱਚ ਉਹ ਹਮੇਸ਼ਾ ਉੱਥੇ ਬੈਠਦੇ ਰਹੇ ਨੇਗੇ ਪਰ ਕਿਸੇ ਨੇ ਵੀ ਉਹਨਾਂ 'ਤੇ ਕਿਸੇ ਨੇ ਦਖਲਦਾਜ਼ੀ ਨਹੀਂ ਕੀਤੀ ਕਿਸੇ ਨੇ ਉਹਨਾਂ ਨੂੰ ਉਠਾਇਆ ਨਹੀਂ ਪਰ ਪਿਛਲੇ ਦਿਨ ਹੀ ਇੱਕਦਮ ਜਿਹੜਾ ਹੈਗਾ ਪਤਾ ਲੱਗਦਾ ਹੈਗਾ ਕਿ ਵੀ ਉਸ ਦੁਕਾਨ ਨੂੰ ਜਿੰਦਾ ਲਾ ਦਿੱਤਾ ਜਾਂਦਾ ਗਾ ਔਰ ਇਹ ਰੇੜੀ ਵਾਲਿਆਂ ਨੂੰ ਜਿਹੜੇ ਰਿਕਸ਼ਾ ਰੇੜੀ ਵਾਲਿਆਂ ਨੂੰ ਉੱਥੋਂ ਦੀ ਮਤਲਬ ਹਟਾ ਦਿੱਤਾ ਜਾਂਦਾ ਗਾ ਸੋ ਉਹਨਾਂ ਦੀ ਜਿਹੜੀ ਬੇਨਤੀ ਆਈ ਸੀ ਦਰਖਾਸਤ ਆਈ ਸੀ ਕਿ ਸੋ ਉਸ ਨੂੰ ਲੈ ਕੇ ਮੈਂ ਵੀ ਕੁਝ ਦਿਨ ਪਹਿਲਾਂ ਇੱਥੇ ਈਓ ਸਾਹਿਬ ਨੂੰ ਮਿਲਿਆ ਸੀਗਾ ਔਰ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਵੀ ਕਾਫੀ ਲੰਮੇ ਸਮੇਂ ਤੋਂ ਇੱਥੇ ਜਿਹੜੇ ਇਹ ਬੈਠੇ ਹੈਗੇ ਨੇ ਔਰ ਆਪਣਾ ਗੁਜ਼ਾਰਾ ਜਿਹੜਾ ਕਰ ਰਹੇ ਨੇ ਤੁਸੀਂ ਜਿਹੜੀ ਵੀ ਕੋਈ ਸਰਕਾਰੀ ਫੀਸ ਬਣਦੀ ਹੈਗੀ ਆ ਤੁਸੀਂ ਇਹਨਾਂ ਤੋਂ ਬਣਦੀ ਫੀਸ ਆ ਜਿਹੜੀ ਉਹ ਲੈ ਲਓ ਪਰ ਇਹਨਾਂ ਨੂੰ ਇੱਥੋਂ ਦੀ ਉਠਾਓ ਨਾ ਪਰ ਕੱਲ੍ਹ ਜਿਹੜਾ ਪਤਾ ਲੱਗਿਆ ਹੈਗਾ ਕਿ ਮੈਨੂੰ ਕਿਉਂਕਿ ਮੈਂ ਮੇਰੀ ਮੀਟਿੰਗ ਸੀ ਚੰਡੀਗੜ੍ਹ ਮੈਂ ਗਿਆ ਹੋਇਆ ਸੀਗਾ ਔਰ ਪਿੱਛੋਂ ਪਤਾ ਲੱਗਿਆ ਹੈਗਾ ਕਿ ਵੀ ਜਿਹੜਾ ਉਹਦੀ ਦੁਕਾਨ ਆ ਜਿਹੜੀ ਉਹਦੀ ਬੋਲੀ ਕਰਵਾ ਕੇ ਉਹਨੂੰ ਕਿਰਾਏ ਦੇ ਉੱਤੇ ਜਿਹੜਾ ਬਰਨਾਲੇ ਦਾ ਕੋਈ ਵਪਾਰੀ ਹੈਗਾ ਉਹਨੂੰ ਦੇ ਦਿੱਤੀ ਗਈ ਹੈਗੀ ਆ ਸੋ ਹੁਣ ਸਾਰੇ ਇੱਥੇ ਐਮਸੀ ਅੱਜ ਇੱਥੇ ਸਾਰੇ ਇਹਨਾਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ ਸੀ ਸੋ ਮੈਂ ਵੀ ਇੱਥੇ ਪਹੁੰਚਿਆ ਮੈਂ ਈਓ ਸਾਹਿਬ ਨਾਲ ਵੀ ਗੱਲ ਕਰੀ ਆ ਪਰ ਉਹ ਆਪਣੀ ਗੱਲ 'ਤੇ ਬਜਿੱਤ ਹੈਗੇ ਨੇ ਉਹ ਕਹਿ ਰਹੇ ਨੇ ਕਿ ਮੈਂ ਕਾਨੂੰਨੀ ਤੌਰ 'ਤੇ ਜਿਹੜੀ ਕਾਰਵਾਈ ਕੀਤੀ ਹੈਗੀ ਆ ਪਰ ਇਨਸਾਨੀ ਨਾਤੇ ਵੀ ਸਾਡਾ ਕੁਛ ਫਰਜ਼ ਬਣਦਾ ਹੁੰਦਾ ਹੈਗਾ ਠੀਕ ਆ ਕਮੇਟੀ ਦਾ ਜਿਹੜਾ ਹੈਗਾ ਇੱਕ ਪ੍ਰੋਸੈਸ ਦੇ ਵਿੱਚ ਉਹਨਾਂ ਨੇ ਕੀਤਾ ਪਰ ਹੋਰ ਬਹੁਤ ਸਾਰੀਆਂ ਜਗ੍ਹਾ ਨੇਗੀਆਂ ਜਿੱਥੋਂ ਕਮੇਟੀ ਨੂੰ ਕਮਾਈ ਹੋ ਸਕਦੀ ਆ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਹੈਗੀਆਂ ਨੇ ਜਿਹੜੀਆਂ ਨਜਾਇਜ਼ ਕਬਜ਼ੇ ਵਿੱਚ ਜਿਹੜੀਆਂ ਉਹ ਦੱਬੀਆਂ ਹੋਈਆਂ ਨੇ ਉਹ ਛੁਡਾਉਣ ਦੀ ਬਜਾਏ ਉਹਨਾਂ 'ਤੇ ਕਾਰਵਾਈ ਕਰਨ ਦੀ ਬਜਾਏ ਇਹਨਾਂ ਗਰੀਬ ਬੰਦਿਆਂ ਦੇ ਉੱਤੇ ਜਿਹੜਾ ਹੈਗਾ ਉਹ ਦੁਕਾਨ ਖੋਲ੍ਹ ਕੇ ਇਹਨਾਂ ਨੂੰ ਰੁਜ਼ਗਾਰ ਤੋਂ ਜਿਹੜਾ ਉਹ ਲਾਂਭੇ ਕੀਤਾ ਜਾ ਰਿਹਾ ਹੈਗਾ ਸੋ ਮੈਂ ਇਸ ਗੱਲ ਦੀ ਨਿਖੇਧੀ ਵੀ ਕਰਦਾ ਔਰ ਮੈਂ ਅਸੀਂ ਕਿਉਂਕਿ ਹੋਰ ਵੀ ਬਹੁਤ ਸਾਰੀਆਂ ਕੰਪਲੇਂਟਾਂ ਆਈਆਂ ਨੇ ਕਿ ਵੀ ਜਿਹੜੇ ਘਰਾਂ ਦੇ ਵਿੱਚੋਂ ਵੀ ਜਿਹੜੇ ਹੈਗੇ ਉਹ ਪੈਸੇ ਲੈ ਕੇ ਉਹਨਾਂ ਨੂੰ ਘਰ ਦੇ ਪੈਸੇ ਨੇ ਜਿਹੜੇ ਉਹ ਕੱਚੇ ਘਰਾਂ ਦੇ ਜਿਹੜੇ ਪਾਏ ਗਏ ਨੇ ਸੋ ਇਸ ਤਰ੍ਹਾਂ ਦੀਆਂ ਕਾਫੀ ਕੰਪਲੇਂਟਸ ਆਈਆਂ ਹੈਗੀਆਂ ਸੋ ਉਹਨਾਂ ਦੇ ਸਬੂਤ ਲੈ ਕੇ ਜਿਹੜਾ ਹੈਗਾ ਮੈਂ ਕਿਹਾ ਹੈਗਾ ਕਿ ਵੀ ਸਬੂਤ ਦਿਓ ਉਹ ਸਾਰੇ ਇਕੱਠੇ ਕਰਕੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਾਂਗੇ ਔਰ ਜਿਹੜੀ ਬਣਦੀ ਕਾਰਵਾਈ ਆ ਚਾਹੇ ਉਹ ਈਓ ਹੋਵੇ ਜਾਂ ਜੇ ਜੋ ਵੀ ਇਸ ਕਮੇਟੀ ਦੇ ਵਿੱਚ ਅਧਿਕਾਰੀ ਹੋਊਗਾ ਉੱਤੇ ਕਾਰਵਾਈ ਕਰਵਾਵਾਂਗੇ ਔਰ ਜੇਕਰ ਪਬਲਿਕ ਦੇ ਨਾਲ ਮਿਲ ਕੇ ਜਿਹੜੀ ਅਫਸਰਸ਼ਾਹੀ ਨਹੀਂ ਚੱਲਦੀ ਤਾਂ ਉਹ ਸਿਸਟਮ ਆ ਜਿਹੜਾ ਕੰਮਕਾਜ ਆ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਚੱਲ ਸਕਦਾ ਇਸ ਕਰਕੇ ਸਾਡੀ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਵੀ ਜਿਹੜੀ ਅਫਸਰਸ਼ਾਹੀ ਇਸ ਤਰ੍ਹਾਂ ਧੱਕੇ ਦੇ ਨਾਲ ਲੋਕਾਂ ਦੇ ਖਿਲਾਫ ਫੈਸਲੇ ਲੈਂਦੀ ਆ ਸੋ ਉਹਨੂੰ ਤੁਰੰਤ ਜਿਹੜਾ ਇੱਥੋਂ ਦੀ ਬਦਲ ਦੇਣਾ ਚਾਹੀਦਾ ਉਹਦੇ 'ਤੇ ਕਾਰਵਾਈ ਕਰਨੀ ਚਾਹੀਦੀ ਆ ਕੀ ਹੋ ਸਕਦਾ ਜਿਵੇਂ ਤੁਸੀਂ ਕਿਹਾ ਵੀ ਕਰੋੜਾਂ ਰੁਪਏ ਦੀ ਜਾਇਦਾਦ ਇਹਨਾਂ ਨੇ ਨੱਪੀ ਆ ਕੀ ਤੁਹਾਡੇ ਵੱਲੋਂ ਉਸ ਨੂੰ ਛੁਡਵਾਉਣ ਦੀ ਕੋਈ ਪੈਰਵੀ ਕੀਤੀ ਜਾਊਗੀ ਜੀ ਬਿਲਕੁਲ ਮੈਂ ਇਹ ਮਸਲੇ ਤੋਂ ਕਿਉਂਕਿ ਜਨਤਾ ਨੇ ਹੀ ਇਹ ਗੱਲ ਸਾਹਮਣੇ ਲਿਆਂਦੀ ਹੈਗੀ ਆ ਸੋ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਡਾਕੂਮੈਂਟਸ ਲੈ ਕੇ ਸੋ ਇਹ ਮਸਲਾ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਹੀ ਚੱਕਾਂਗੇ ਕਿਉਂਕਿ ਸਰਕਾਰ ਵਾਰ-ਵਾਰ ਹਰ ਸੈਸ਼ਨ ਦੇ ਵਿੱਚ ਨਜਾਇਜ਼ ਕਬਜ਼ੇ ਛੁਡਾਉਣ ਦੀ ਗੱਲ ਕਰਦੀ ਆ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਸੋ ਇਹਦੇ ਤੇ ਵੀ ਜਿਹੜੀ ਵਿਧਾਨ ਸਭਾ ਦੇ ਵਿੱਚ ਜਿਹੜੀ ਅਸੀਂ ਆਵਾਜ਼ ਬੁਲੰਦ